ਦੁੱਧ ਪੀਤਾ ਹੁੰਦਾ ਆ ਵੇਖੋ ਸ਼ਰੇਆਮ ਗੁੰਡਾਗਰਦੀ ਕਿਵੇਂ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰਕੇ ਸਾਰੀ ਗਲੀ ਕਰ ਦਿੱਤੀ ਲਾਲ। ਕਿਸੇ ਦਾ ਸਿਰ ਫੁੱਟਿਆ ਤਾਂ ਕਿਸੇ ਦਾ ਸੁੱਜ ਗਿਆ ਪੈਰ। ਤਾਂ ਦੱਸ ਦੇ ਕਿ ਕਈ ਨੌਜਵਾਨਾਂ ਦੇ ਝੁੰਡ ਦੇ ਵੱਲੋਂ ਇੱਕ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਤੇ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹ ਹਮਲਾਵਰ ਨਜ਼ਰ ਆ ਰਹੇ ਨੇ ਤੇ ਇੱਟਾਂ ਰੋੜੇ ਚਲਾ ਰਹੇ ਨੇ, ਜਿਸ ਕਾਰਨ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋ ਜਾਂਦੇ ਨੇ ਤੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲਹੂ ਲਹਾਨ ਇਹ ਸ਼ਖਸ, ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਾਂ ਦੱਸ ਦੇ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਲੜਾਈ ਪੁਰਾਣੀ ਰੰਜਿਸ਼ ਦੀ ਦੱਸੀ ਜਾ ਰਹੀ ਹੈ। ਤਾਂ ਸ਼ਖਸ ਵੱਲੋਂ ਦੱਸਿਆ ਗਿਆ ਕਿ ਉਸਦੇ ਪਿਤਾ ਦਾ ਇੱਕ ਦਿਨ ਪਹਿਲਾਂ ਇਹਨਾਂ ਦੇ ਵੱਲੋਂ ਫੋਨ ਖੋਲਿਆ ਗਿਆ ਸੀ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਰਿਪੋਰਟ ਲਿਖਾਈ ਗਈ ਸੀ। ਤਾਂ ਇਹਨਾਂ ਹਮਲਾਵਰਾਂ ਨੇ ਫਿਰ ਇਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਤੇ ਧਮਕੀਆਂ ਦੇਣ ਲੱਗ ਜਾਂਦੇ ਨੇ ਤੇ ਫਿਰ ਇਹਨਾਂ ਦੇ ਘਰ ਤੇ ਆ ਕੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਤਾਂ ਵੱਡੀ ਸੰਖਿਆ ਦੇ ਵਿੱਚ ਨੌਜਵਾਨ ਆਏ ਤੇ ਇੱਟਾਂ ਰੋੜੇ ਮਾਰਨ ਲੱਗ ਜਾਂਦੇ ਆ, ਜਿਸ ਕਾਰਨ ਗਲੀ ਦਾ ਵੇਖ ਸਕਦੇ ਹੋ ਕੀ ਹਾਲ ਹੋਇਆ ਤੇ ਇਹ ਸ਼ਖਸ ਵੀ ਗੰਭੀਰ ਜ਼ਖਮੀ ਹੋ ਜਾਂਦੇ ਨੇ। ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹਨਾਂ ਨੇ ਮੌਕੇ ਤੇ ਵੀਡੀਓ ਵੀ ਬਣਾਈ ਸੀ ਹਮਲਾ ਕਰਦੇ ਇਹਨਾਂ ਨੌਜਵਾਨਾਂ ਦੀ, ਅਤੇ ਜਿਸ ਤੋਂ ਬਾਅਦ ਹਮਲੇ ਤੋਂ ਬਾਅਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਗਲੀ ਦੇ ਵਿੱਚ ਇੱਟਾਂ ਰੋੜੇ ਪਏ ਨੇ, ਜਿਸ ਦੇ ਨਾਲ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਤਾਂ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਕਾਜਲ ਹੈ। ਕੀ ਕਹਿਣਾ ਚਾਹੁੰਦੇ ਹੋ? ਮੈਂ ਇਨਸਾਫ ਚਾਹੁੰਦੀ ਹਾਂ। ਮੇਰੇ ਦੋ ਵਾਰੀ ਆਣ ਕੇ ਮੇਰੇ ਸਾਰੇ ਟੱਬਰ ਨੂੰ ਸੱਟਾਂ ਲਾ ਗਏ, ਮਾਵਾਂ ਧੀਆਂ ਦੇ ਸਵੇਰੇ ਸਾਡੇ ਗੱਲ ਪੈ ਗਏ ਆ। ਹੁਣ ਫੇਰ ਆਣ ਕੇ 10-20 ਮੁੰਡੇ ਸਾਡੇ ਆਣ ਕੇ ਘਰੇ ਫੇਰ ਪੈ ਗਏ, ਇੱਟਾਂ ਰੋੜੇ ਚਲਾਏ, ਹਥਿਆਰ ਉਹਨਾਂ ਦੇ ਕੋਲ ਆ। ਅਸੀਂ ਤੇ ਬੜੇ ਦੁਖੀ ਹੋ ਗਏ, ਪਠਾਣੇ ਵੀ ਜਾਂਦੇ ਆ, ਅਸੀਂ ਮੁੜ ਸਾਡੀ ਕੋਈ ਸੁਣਦਾ ਨਹੀਂ। ਕੀ ਕਾਰਨ ਆ, ਕੀ ਹੋਇਆ ਪਤਾ? ਅਸੀਂ ਕੌਣ ਬੰਦੇ ਆ ਜਾਂ ਕੀ ਗੱਲ? ਫੋਨ ਖੋਲਿਆ ਸੀ ਭਾਜੀ ਦਾ, ਫੋਨ ਹੀ ਬਸ ਸਵੇਰੇ ਖੋਲਿਆ ਵਾ, ਫੋਨ ਹੀ ਅਸੀਂ ਲੈਣ ਗਏ ਆ। ਬਬਲੂ ਮੁੰਡੇ ਦਾ ਨਾਂ ਆ, ਇੱਥੇ ਰਹਿੰਦਾ ਗਲੀ ਚ, ਲੰਬੋ ਦਾ ਮੁੰਡਾ ਆ। ਕੀ ਕੀਤਾ? ਮੋਬਾਈਲ ਖੋਇਆ? ਮੋਬਾਈਲ ਖੋਇਆ ਪਹਿਲਾਂ, ਤੇ ਮੋਬਾਈਲ ਹੀ ਖੋਇਆ ਤੇ ਅਸੀਂ ਸਵੇਰੇ ਗਈਆਂ ਵਾ, ਮੈਂ ਤੇ ਮੇਰੀ ਭੈਣ ਹੀ ਆ ਛੋਟੀ, ਅਸੀਂ ਗਏ ਲੈਣ ਤੇ ਉਹਦੀ ਮਾਂ ਕਹਿੰਦੀ ਵੀ ਇੱਥੇ ਫੋਨ ਲੈਣ ਆਇਆ ਸੀ ਜਿਨ੍ਹਾਂ ਦਾ ਤੂੰ ਲਿਆਂਦਾ। ਉਹ 10-20 ਮੁੰਡੇ ਲੈ ਕੇ ਤੇ ਸਾਡੇ ਘਰ ਆ ਗਿਆ, ਮਾਵਾਂ ਧੀਆਂ ਨੂੰ ਸਾਨੂੰ ਪਹਿਲਾਂ ਹਟਾ ਲਿਆ, ਮੁੜ ਕੇ ਮੁੰਡੇ ਮੇਰੇ ਨੂੰ ਮੇਰੇ ਘਰ ਵਾਲੇ ਨੂੰ ਸਾਰੇ ਲੈ ਕੇ ਇੱਟਾਂ ਰੋੜੇ ਕੀ ਹਥਿਆਰ ਕੀ ਸਾਰੇ ਕਿਤੇ ਲਹੂ ਲੁਹਾਨ ਕਰ ਦਿੱਤਾ। ਹਥਿਆਰ ਕੀ ਲੈ ਕੇ ਆਏ? ਦਾਤਰ ਹੀ ਇਹਨਾਂ ਦੇ ਕੋਲ, ਕਿਰਪਾਨਾਂ ਹੀ, ਇੱਟਾਂ ਰੋੜੇ ਚਲਾਏ ਆ, ਜੋ ਉਹਨਾਂ ਦੇ ਜਿਗਰ ਸਾਡੇ ਅੰਦਰ ਵੜ ਗਏ ਆ, ਸਾਨੂੰ ਅੰਦਰ ਵੜ ਵੜ ਕੇ ਸਾਨੂੰ ਕੁੱਟਿਆ ਮਾਰਿਆ ਆ। ਨਾ ਕੋਈ ਗੱਲ ਨੀ ਬਾਹਰ ਨੀ, ਸਿਰਫ ਇੱਕ ਮੋਬਾਈਲ ਹੀ ਸਾਡਾ ਉਹਦਾ ਖੋਲਿਆ ਮੇਰੇ ਘਰ ਵਾਲੇ ਦਾ, ਤੇ ਮੋਬਾਈਲ ਹੀ ਅਸੀਂ ਲੈਣ ਗਏ ਉਹਦੇ ਕੋਲੋਂ ਕਿ ਸਾਡਾ ਮੋਬਾਈਲ ਦੇ ਦੇ। ਮੋਬਾਈਲ ਤੋਂ ਹੀ ਸਾਨੂੰ ਇੱਥੋਂ ਤੱਕ ਸਾਡਾ ਦੂਜੀ ਵਾਰੀ ਚਾਂਸ ਹੋ ਗਿਆ, ਦੂਜੀ ਵਾਰੀ ਆਣ ਕੇ ਸਾਨੂੰ ਘਰ ਮਾਰਨ ਆ ਗਏ ਜੇ, ਤੇ ਸਾਡੀ ਕੋਈ ਸੁਣਵਾਈ ਨੀ ਹੋਣ ਡਈ। ਅਸੀਂ 2 ਵਾਰੀ ਥਾਣੇ ਧੱਕੇ ਖਾ ਗਿਆ ਜੇ, ਸਾਡੇ ਕੋਈ ਨੀ ਜੇ ਕੋਈ ਗੱਲ ਮਹੱਲੇ ਚ, ਨਾ ਕੋਈ ਕਰਦਾ ਮਹੱਲੇ ਚ ਤੇ ਨਾ ਕੋਈ ਕਰਨ ਡਿਆ ਥਾਣੇ ਚ। ਸਾਡੇ ਸਵੇਰੇ ਵੀ ਗੱਲ ਪੈ ਗਈ, ਮੋਬਾਈਲ ਲੈਣ ਗਏ, ਮੋਬਾਈਲ ਖੋਲਿਆ ਨੇ ਮੇਰੇ ਕੋਲ,
ਕੌਣ ਹੈਗੇ ਜੀ ਤੁਹਾਨੂੰ ਜਾਣਦੇ ਆ? ਬਬਲੂ ਮੁੰਡਾ ਵਾ, ਲੰਬੋ ਦਾ ਮੁੰਡਾ ਵਾ। ਅੱਛਾ ਜੀ। ਅਤੇ ਸਵੇਰੇ ਵੀ ਮੇਰੇ ਆਵੇ ਸੱਟਾਂ ਲਾ ਗਏ ਆ, ਬਲੈਣ ਖੂਨ ਖੂਨ ਛੋਟੇ ਮੁੰਡੇ ਦੇ ਵੀ ਲਾ ਗਏ ਸੱਟਾਂ, ਅਤੇ ਹੁਣ ਸਾਗਰ ਦੇ ਵੀ ਲਾ ਗਏ ਆ। ਮੋਬਾਈਲ ਖੋਇਆ ਸੀ ਉਹਨੇ ਅਤੇ ਤੁਸੀਂ ਮੋਬਾਈਲ ਦਾ ਤੁਹਾਨੂੰ ਪਤਾ ਲੱਗਾ ਅਤੇ ਤੁਸੀਂ ਉਹਦੇ ਘਰ ਗਏ? ਹਾਂ, ਘਰ ਦੀ ਮੇਰੀ ਗਈ ਲੈਣ, ਕਹਿੰਦੀ ਮਤਲਬ ਮੋਬਾਈਲ ਦੇ ਦੇ, ਕਹਿੰਦਾ ਹਾਂ ਨਹੀਂ ਦੇਣਾ। ਕਿੱਥੋਂ ਦਾ ਰਹਿਣ ਵਾਲਾ? ਅਗੇ ਨਾਲ ਹੀ ਆ, ਮਗਲੇ ਪਾਸੇ ਆ ਗਲੀ 'ਚ। ਕੋਈ ਰੰਜਿਸ਼ ਪਹਿਲਾਂ ਤਾਂ ਨਹੀਂ ਚੱਲਦੀ? ਨਾ ਨਾ, ਕੋਈ ਨਹੀਂ। ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਸਾਥ ਮਿਲੇ, ਬਸ ਸਾਨੂੰ ਕੋਈ ਖਤਰਾ ਨਾ ਹੋ। ਉਹ ਇੱਥੇ ਸਾਰੇ ਮੁੰਡੇ ਕਹਿੰਦੇ ਗੋਲੀਆਂ ਮਾਰ ਕੇ ਜਾਣੀਆਂ, ਗੋਲੀਆਂ ਮਾਰ ਕੇ ਜਾਣੀਆਂ ਸੀ, ਇਹੋ ਗੱਲ ਕਹਿੰਦੇ ਆ। ਥਾਣੇ ਲਿਖਾਤਾ ਆ? ਥਾਣੇ ਗਿਆ ਹਾਂ। ਮੁਲਾਜ਼ਮ ਆਏ ਸੀ? ਹਾਂ ਆਏ। ਕੀ ਕਹਿ ਕੇ ਗਏ? ਉਹਨਾਂ ਮੁਲਾਜ਼ਮ ਮੁਲਾਜ਼ਮ ਕਰਾਇਆ, ਉੱਥੇ ਭੇਜਿਆ ਸੀ ਸਿਵਲਾ ਸਿਵਲ ਹਸਪਤਾਲ। ਉੱਥੋਂ ਅਸੀਂ ਗਏ ਹਾਂ 12 ਵਜੇ, ਕਹਿੰਦੇ 4 ਵਜੇ ਆਏ ਉੱਥੇ। ਐਕਸਰਾ ਉਕਸਰਾ ਕਰਾਇਆ ਸਿਰ ਦਾ, ਕਾਫੀ ਦੇ ਪੈਰ ਦਾ ਕਰਾਇਆ, ਅਤੇ ਛੋਟੇ ਦੇ ਵੀ ਇੱਟਾਂ ਉੱਟਾਂ ਵੱਜੀਆਂ ਵਾ, ਅਤੇ ਵੱਡੇ ਦੇ ਵੀ ਤੁਹਾਡੇ ਸਾਹਮਣੇ ਮੂੰਹ ਨੂੰ ਸੱਟ ਲੱਗੀ। ਬਸ ਹੈਲੋ ਭਾਅ ਜੀ, ਕੀ ਨਾਮ ਜੀ ਆਪਣੀ? ਸਾਗਰ ਨਾਮ ਮੇਰਾ। ਕੀ ਕਹਿਣਾ ਚਾਹੁੰਦੇ ਆ? ਮੈਂ ਕਹਿਣਾ ਚਾਹੁੰਦਾ ਕਿ ਮੈਂ ਸਵੇਰੇ ਗਿਆ ਸੀ ਕੰਮ 'ਤੇ, ਅਤੇ ਰਾਤੀ ਡੈਡੀ ਦਾ ਫੋਨ ਖੋ ਕੇ ਲੈ ਗਿਆ ਸੀ ਕੋਈ, ਅਤੇ ਜਦੋਂ ਪਤਾ ਲੱਗਾ ਕਿ ਡੈਡੀ 'ਤੇ ਸੱਟਾਂ ਸੁੱਟਾਂ ਲਾ ਗਏ ਆ, ਘਰ ਇੱਟਾਂ ਰੋਡੇ 'ਚ ਲਾ ਕੇ ਦਾਤਰ ਦੂਤਰ 'ਚ ਲਾ ਗਏ ਆ, ਅਤੇ ਕਹਿੰਦੇ ਆ ਵੀ ਮਾਰ ਦੇਣਾ ਵਾ ਸਾਰਿਆਂ ਨੂੰ। ਜਦੋਂ ਆਪਾਂ ਰਿਪੋਰਟ ਲਿਖਾਉਣ ਗਏ ਹਾਂ ਅਤੇ ਕਹਿੰਦੇ ਕਿ ਤੁਸੀਂ ਚੰਗੀ ਨਹੀਂ ਕੀਤੀ, ਕੋਈ ਮਤਲਬ ਇਕੱਲਾ ਨਾ ਵਿਖ ਜਾਓ, ਮਤਲਬ ਕਿ ਮਾਰ ਦੇਣਾ ਤੁਹਾਨੂੰ। ਅਤੇ ਆਪਾਂ ਸਿਵਲ ਹਸਪਤਾਲ ਤੋਂ ਮਲਾਇਆ ਕਰਾ ਕੇ ਆਏ ਹਾਂ, ਮਲਾਇਆ ਕਰਾ ਕੇ ਆਏ 4 ਵਜੇ, ਅਤੇ ਫਿਰ ਆਣ ਕੇ ਪੈ ਗਏ ਆ, ਅਤੇ ਮੇਰੇ ਵੀ ਇੱਟ ਹੁਣ ਮਾਰਤੀ ਉਹਨਾਂ ਨੇ। ਕਹਿੰਦੇ ਇਲਾਕਾ ਕਿਹੜਾ ਪਿੰਡ ਹੈ? ਇਹ ਆਪਣਾ ਪਿੱਪਲ ਵਾਲਾ ਮੰਦਰ, ਪਿੱਪਲ ਵਾਲਾ ਮੰਦਰ, ਪਿੱਪਲ ਵਾਲਾ ਮੰਦਰ, ਪ੍ਰਕਾਸ਼ ਵਿਹਾਰ, ਪ੍ਰਕਾਸ਼ ਵਿਹਾਰ। ਹਾਂਜੀ। ਅਤੇ ਲੜਕੇ ਨਾਲ ਪਹਿਲਾਂ ਵੀ ਕੋਈ ਰੰਜਿਸ਼ ਹੋ ਗਈ? ਮੈਂ ਤਾਂ ਕੰਮ ਕਰਨ ਵਾਲਾ ਬੰਦਾ, ਮੈਂ ਤਾਂ ਕਦੀ ਕਿਸੇ ਨਾਲ ਲੜਿਆ ਨਹੀਂ, ਪਹਿਲੀ ਵਾਰ ਜ਼ਿੰਦਗੀ ਚਾਂਸ ਹੋਇਆ। ਅਤੇ ਮੋਬਾਈਲ ਕਿੱਥੋਂ ਖੋਇਆ? ਡੈਡੀ ਮੇਰੇ ਜਾਣਦੇ ਸੀ ਅਤੇ ਰਾਤੀ ਮੋਬਾਈਲ ਖੋਇਆ ਉਹਨਾਂ ਨੇ, ਅਤੇ ਮੋਬਾਈਲ ਲੈਣ ਵਾਸਤੇ ਸਵੇਰੇ ਉਹਨਾਂ ਦੇ ਘਰ ਗਏ ਆ ਮੰਗਣ ਵਾਸਤੇ, ਅਤੇ ਉਹਨਾਂ ਨੇ ਦਿੱਤਾ ਨਹੀਂ, ਅਤੇ ਸਵੇਰੇ ਆਣ ਕੇ ਡੈਡੀ ਨੂੰ ਮਤਲਬ ਕਿ ਸਿਰ ਪਾੜ ਗਏ ਡੈਡੀ ਦਾ, ਇੱਟਾਂ ਉੱਟਾਂ ਮਾਰ ਗਏ ਘਰੇ। ਅਤੇ ਲੈ ਕੇ ਕੀ ਆਏ ਹੁਣ? ਤੁਸੀਂ ਕਹਿ ਰਹੇ ਨਾ ਕੋਈ ਸਮਾਨ ਲੈ ਕੇ ਆਏ ਨਾਲ? ਹਾਂਜੀ। ਕੀ ਕੀ ਲੈ ਕੇ ਆਏ? ਇਹ ਭਾਈ ਇਹਨਾਂ ਦੇ ਦਾਤਾ ਦੂਤਰ ਹੈਗੇ ਆ, ਅਤੇ ਇੱਟਾਂ ਉੱਟਾਂ ਮਤਲਬ ਕਿ ਮਾਰ ਕੇ ਗਏ ਆ, ਅਤੇ ਇਹਨਾਂ ਕੋਲ ਪਤੋਲਾ ਪਤੋਲਾ ਵੀ ਉਡਾ ਕੇ ਕਹਿੰਦੇ ਕਿ ਮਾਰ ਮੋਰ ਦੇਣਾ ਵਾ, ਜਿਹੜਾ ਸਾਨੂੰ ਇੱਕ ਵੀ ਪਰਸਨ ਵੇਖ ਗਿਆ ਇਹਨਾਂ ਦਾ। ਹਾਂਜੀ। ਅਤੇ ਸਾਨੂੰ ਇਨਸਾਫ ਚਾਹੀਦਾ, ਬਸ ਹੋਰ ਕੁਛ ਨਹੀਂ। ਆਪਾਂ ਨੂੰ ਪੁਲਿਸ ਵਾਲੇ ਵੀ ਸੁਣਾਈ ਨੇ ਸਾਡੀ ਸੁਣਨ ਦੇ, ਜੋ ਵੀ ਇਹਨਾਂ ਨੂੰ ਇੱਕ ਬੁਲਾ ਦੇਈਦਾ, ਇਹਨਾਂ ਨੂੰ ਜਦੋਂ ਵੀ ਬੁਲਾਉਂਦੇ ਆ, ਅਤੇ ਘਰੇ ਜਾਂਦੇ ਉਹਨਾਂ ਦੇ ਤਾਂ ਕੁਛ ਕਰਦੇ ਕੁਰਦੇ ਹੈ ਨਹੀਂ, ਹੈ ਘਰ ਜਾਂਦੇ ਆ ਅਤੇ ਕੁਛ ਨਹੀਂ ਕਹਿੰਦੇ ਉਹਨਾਂ ਨੂੰ। ਹਾਂ, ਕੋਈ ਇਹਦੀ ਫੜਿਆ ਨਹੀਂ ਗਿਆ ਮੁੰਡਾ? ਘਰ ਦੇ ਬਾਹਰ ਘਰ ਦੇ ਆਪ ਨੂੰ ਫੜਨ, ਪਤਾ ਲੱਗ ਜੇ ਫਿਰ। ਹਾਂਜੀ। ਮਾਂ ਇਹਦੇ ਨੂੰ ਸਾਰਾ ਪਤਾ ਵਾ ਕਿੱਥੇ ਰਹਿੰਦਾ।